ਬਠਿੰਡਾ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪੀਲੇ ਰੰਗ ਦੀ ਸ਼ੈ ਇਸ ਮਾਰਕੀਟ ਦੇ ਵਿੱਚ ਵੜ ਗਈ ਅਤੇ ਦੁਕਾਨਦਾਰਾਂ ਦੇ ਸਾਹ ਉੱਤੇ ਦੇ ਉੱਤੇ ਰਹਿ ਗਏ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਸਕਰੀਨ 'ਤੇ ਤੁਸੀਂ ਦੇਖ ਸਕਦੇ ਹੋ ਕਿ ਬਠਿੰਡਾ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਨਗਰ ਨਿਗਮ ਦਾ ਐਕਸ਼ਨ ਹੋਇਆ। ਇੱਥੇ ਜਿਹੜਾ ਕਿ ਫਲ ਮਾਰਕੀਟ ਦੇ ਉੱਤੇ ਨਗਰ ਨਿਗਮ ਦਾ ਪੀਲਾ ਪੰਜਾ ਚੱਲਿਆ। ਦੱਸਿਆ ਜਾ ਰਿਹਾ ਕਿ ਨਜਾਇਜ਼ ਤੌਰ 'ਤੇ ਇੱਥੇ ਕਬਜ਼ਾ ਕੀਤਾ ਹੋਇਆ ਸੀ ਜਿਹਦੇ ਚੱਲਦੇ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਜਿਸ ਨੂੰ ਲੈ ਕੇ ਦੁਕਾਨਦਾਰ ਨੇ ਆਪਣਾ ਦੁੱਖ ਸੁਣਾਇਆ। ਮੇਰੀ ਦੁਕਾਨ ਸੀਗੀ ਆ ਪੰਨੀ ਆ ਜਿਹੜੀ ਇਹਨਾਂ ਨੇ ਟਾਈਮ ਹੀ ਮੰਗਿਆ ਸੀ ਜੀ 2 ਦਿਨਾਂ ਦਾ ਵੀ 2 ਦਿਨ ਦੇ ਦਿਓ ਖਾਲੀ ਕਰਕੇ ਦੇ ਦਿੰਦੇ ਹਾਂ ਤੁਹਾਨੂੰ। ਆਹ ਦੇਖ ਲਓ ਹਾਲ ਕੀ ਕੀਤਾ ਵੀ ਹੁਣ ਬੱਚੇ ਗੁਰਦੁਆਰੇ ਚਿੱਟਾ ਹੀ ਵੇਚਾਂਗੇ ਹੋਰ ਕੀ ਕਰਾਂਗੇ ਅਸੀਂ ਆ ਨਸ਼ਾ ਹੀ ਵੇਚਾਂਗੇ ਨਾਲੇ ਲੋਕਾਂ ਦੇ ਜਵਾਕ ਮਾਰਾਂਗੇ ਨਾਲੇ ਆਪਦੇ ਮਾਰਾਂਗੇ ਹੋਰ ਕੀ ਕਰਾਂਗੇ। 5 ਲੱਖ ਰੁਪਏ ਦਾ ਨੁਕਸਾਨ ਆ ਜੀ ਕੌਣ ਦਊਗਾ। ਕੀ ਤੁਹਾਨੂੰ ਇਹਨਾਂ ਨੇ ਨੋਟਿਸ ਕੱਢਿਆ ਸੀਗਾ? ਨੋਟਿਸ ਕੱਢਿਆ ਸੀ ਅਸੀਂ ਵਕੀਲ ਕੋਲ ਗਏ ਸੀਗੇ ਅਸੀਂ ਫਿਰ ਵੀ ਅੱਜ ਰਿਕੁਐਸਟ ਕੀਤੀ ਹੈ 2 ਦਿਨਾਂ ਦਾ ਟਾਈਮ ਦੇ ਦਿਓ 2 ਦਿਨਾਂ 'ਚ ਤੁਹਾਨੂੰ ਖਾਲੀ ਕਰਕੇ ਦੇ ਦਿੰਦੇ ਹਾਂ। DC ਆਫਿਸ 'ਚੋਂ ਵੀ ਅਸੀਂ ਲੈ ਕੇ ਆਏ ਹਾਂ ਹੁਣ 2 ਦਿਨਾਂ ਦਾ ਟਾਈਮ ਦਿੱਤਾ ਤੋੜ ਕੇ 2 ਦਿਨਾਂ ਦਾ ਟਾਈਮ ਦਿੱਤਾ ਜੀ ਖਾਲੀ ਕਰਦੇ ਹਾਂ ਆਪੀ ਹੁਣ ਕੀ ਫਾਇਦਾ। ਤੁਹਾਡੇ ਕੋਲ ਨੋਟਿਸ ਆਏ ਨੂੰ ਕਿੰਨੇ ਦਿਨ ਹੋ ਗਏ? ਨੋਟਿਸ ਆਇਆ ਸੀਗਾ ਜੀ ਉਹ ਨੋਟਿਸ ਜਿਹੜਾ ਆਇਆ ਸੀ ਉਹ ਆਇਆ ਸੀ ਫੁੱਟਪਾਥ ਖਾਲੀ ਕਰਨ ਵਾਸਤੇ ਉਹ ਅਸੀਂ ਫੁੱਟਪਾਥ ਖਾਲੀ ਕਰਤੀ ਸੀ ਸਾਨੂੰ ਅੰਦਰ ਦਾ ਕੋਈ ਨੋਟਿਸ ਨਹੀਂ ਆਇਆ ਅੱਜ ਹੀ ਆਇਆ ਕਹਿੰਦੇ ਪਰਲ ਦੀ ਜਗ੍ਹਾ ਵਿਕ ਗਈ ਸਾਡੇ ਅੰਡਰ ਆ ਗਈ ਇਹਨੂੰ ਖਾਲੀ ਕਰੋ ਹੁਣ 15 ਮਿੰਟ ਦਿੱਤੇ ਤੁਹਾਨੂੰ। ਇਹ ਨਗਰ ਨਿਗਮ ਦੇ ਆਦੇਸ਼ ਹੋਏ ਕਾਹਦੀ ਸੀ ਇੱਥੇ ਮਾਰਕੀਟ ਇਹ ਫਰੂਟ ਮਾਰਕੀਟ 'ਚ ਕਿੰਨੇ ਸਾਲਾਂ ਤੁਸੀਂ ਇੱਥੇ ਬੈਠੇ ਸੀ? 10-12 ਸਾਲਾਂ ਤੋਂ ਅਸੀਂ ਫਿਰ ਅੱਜ ਅਚਾਨਕ ਨਗਰ ਨਿਗਮ ਨੇ ਸਾਰੀ ਤੋੜਤੀਆਂ ਤੁਹਾਨੂੰ ਪਹਿਲਾਂ ਨੋਟਿਸ ਨਾਲ ਸਕੂ ਦਿੱਤਾ ਨਹੀਂ? ਕੋਈ ਨੋਟਿਸ ਨਹੀਂ ਦਿੱਤਾ ਜੀ ਸਰ। ਕੀ ਕਹਿੰਦੇ ਸੀ ਉਹ? ਬਸ ਆਏ ਅੱਜ ਤੋੜ ਕੇ ਤੋੜ ਚੱਲੇ। ਕਿੰਨੀ ਕੁ ਹੈਗੀ ਸੀ ਇੱਥੇ ਦੁਕਾਨਾਂ ਸਾਰੀਆਂ? ਇਹ ਲਗਭਗ ਹੈਗੀਆਂ ਜੀ 12 ਕੁ ਦੁਕਾਨਾਂ ਹੈਗੀਆਂ ਨੇ। ਸਾਰਾ ਸਮਾਨ ਵੀ ਖਰਾਬ ਹੋ ਗਿਆ ਸੀ? ਬਿਲਕੁਲ ਆ ਤੁਹਾਡੇ ਸਾਹਮਣੇ ਹੀ ਹੈ ਜੀ ਇਹ ਤਾਂ ਤੁਸੀਂ ਦੇਖ ਹੀ ਰਹੇ ਹੋ ਸਾਰਾ ਹੀ ਨੁਕਸਾਨ ਹੋ ਗਿਆ ਉੱਥੇ। ਕੌਣ ਆਏ ਸੀ ਇੱਥੇ ਤੋੜਨ ਵਾਸਤੇ? ਉਹ ਕਹਿ ਰਹੇ ਕਿ ਨਗਰ ਨਿਗਮ ਦੀ ਟੀਮ ਸੀ ਸਾਰੀ ਉਹਨਾਂ ਦੇ ਵੱਡੇ ਅਫਸਰ ਸੀ ਸਾਰੀ ਮੈਜਿਸਟ੍ਰੇਟ ਹੈ ਪੁਲਿਸ ਫੋਰਸ ਸਾਰਾ ਸੀਗਾ ਜੀ। ਨਹੀਂ ਫਿਰ ਇਹ ਤੁਸੀਂ ਆਪਣਾ ਇਹ ਨਗਰ ਨਿਗਮ ਤੋੜੀ ਕਿਉਂ ਆ ਕੀ ਕਹਿੰਦੇ ਕੀ ਸੀ ਉਹ? ਉਹ ਕਹਿੰਦੇ ਖਾਲੀ ਕਰੋ ਜੀ ਸਰਕਾਰ ਦੇ ਅੰਡਰ ਆ ਗਈ ਹੈ। ਕਿਹੜੀ ਸਰਕਾਰ ਦੇ ਅੰਡਰ ਆ ਗਈ? ਇਹ ਨਹੀਂ ਦੱਸਿਆ ਜੀ ਕੁਝ ਕਮੇਟੀ ਦੇ ਅੰਡਰ ਕਹਿੰਦੇ ਜੋ ਵੀ। ਤੇ ਪਹਿਲੇ ਵੀ ਕਮੇਟੀ ਅੰਡਰ ਸੀ ਬੈਠੇ? ਨਹੀਂ ਕਮੇਟੀ ਦੇ ਅੰਡਰ ਨਹੀਂ ਸੀ ਪਹਿਲੇ ਪਰਲ ਵਾਲਿਆਂ ਦੀ ਜਗ੍ਹਾ ਸੀ ਇਹ। ਅੱਛਾ ਹੁਣ ਕਹਿੰਦੇ ਕਮੇਟੀ ਅੰਡਰ ਆ ਗਈ? ਹਾਂ ਕਹਿੰਦੇ ਹੁਣ ਕਮੇਟੀ ਦੇ ਅੰਡਰ ਆ ਗਈ ਜੀ। ਫਿਰ ਤੁਹਾਨੂੰ ਸਮਾਨ ਚੱਕਣ ਦਾ ਕੋਈ ਮੌਕਾ ਨਹੀਂ ਦਿੱਤਾ? ਬਿਲਕੁਲ ਕੋਈ ਮੌਕਾ ਨਹੀਂ ਆ ਤੁਹਾਡੇ ਸਾਹਮਣੇ ਹੀ ਹੈ ਜੀ ਦੇਖਣ ਦੀ ਦੱਸਣ ਦੀ ਵੀ ਲੋੜ ਨਹੀਂ ਹੈ ਜੀ ਸਾਨੂੰ। ਉੱਥੇ ਹੀ ਇਸ ਪੂਰੇ ਮਾਮਲੇ ਲੈ ਕੇ ਅਧਿਕਾਰੀ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ। ਕਾਰਨ ਸਰਕਾਰੀ ਜ਼ਮੀਨ ਦੇ ਉੱਤੇ ਕਬਜ਼ਾ ਅਤੇ ਇੱਕ ਪਰਲ ਗਰੁੱਪ ਦੀ ਜਿਹੜੀ ਲੈਂਡ ਹੈਗੀ ਹੈ ਜਿਹਦੇ ਉੱਤੇ ਆਲਰੇਡੀ ਲੋਢਾ ਕਮਿਸ਼ਨ ਅਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਆਰਡਰ ਹੋ ਚੁੱਕੇ ਨੇ ਕਿ ਪਰਲ ਗਰੁੱਪ ਦੀ ਲੈਂਡ ਜਿੰਨੀ ਵੀ ਪਈ ਹੈ ਜਿਹੜੇ ਜਿਹੜੇ ਸ਼ਹਿਰ 'ਚ ਵੀ ਪਈ ਹੈ ਉੱਥੋਂ ਦੀ ਅਥਾਰਟੀਜ਼ ਉਸ ਲੈਂਡ ਨੂੰ ਪ੍ਰੋਟੈਕਸ਼ਨ ਦੇਣਗੀਆਂ ਉਦੋਂ ਤੱਕ ਜਦ ਤੱਕ ਇਹਦਾ ਫੈਸਲਾ ਨਹੀਂ ਹੋ ਜਾਂਦਾ ਕਿਉਂਕਿ ਉਹਨਾਂ ਵੱਲੋਂ ਲੋਕਾਂ ਦੇ ਪੈਸਿਆਂ ਦੇ ਨਾਲ ਇਹ ਜਗ੍ਹਾ ਖਰੀਦੀਆਂ ਹੋਈਆਂ ਨੇ। ਕੁਛ ਦੁਕਾਨਦਾਰਾਂ ਵੱਲੋਂ ਇਹਦੇ ਅੱਗੇ ਆਪਣਾ ਕਬਜ਼ਾ ਬਣਾ ਰੱਖਿਆ ਸੀ ਜਿਹਨੂੰ ਅੱਜ ਖਾਲੀ ਕਰਵਾਇਆ ਗਿਆ। ਇਹਨਾਂ ਨੂੰ ਨੋਟਿਸ ਦਿੱਤੇ ਗਏ ਸੀਗੇ ਇਹਨਾਂ ਨੇ ਨੋਟਿਸ ਲੈ ਕੇ ਮਾਨਯੋਗ ਅਦਾਲਤ ਦੀ ਸ਼ਰਨ ਲਈ ਪਰ ਮਾਨਯੋਗ ਜੱਜ ਸਾਹਿਬ ਨੇ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਸਟੇਅ ਨਹੀਂ ਦਿੱਤਾ ਅਤੇ ਇਹਨਾਂ ਦੀ ਜਿਹੜੀ ਅਪੀਲ ਹੈ ਜਾਂ ਰਿਕੁਐਸਟ ਹੈ ਉਹਨੂੰ ਖਾਰਜ ਕਰ ਦਿੱਤਾ ਗਿਆ ਜਿਹਦੇ ਕਰਕੇ ਕਾਰਵਾਈ। ਇਹ ਕੁੱਲ 11 ਦੁਕਾਨਾਂ ਸੀਗੀਆਂ ਜਿਹੜੀਆਂ ਸਰਕਾਰੀ ਜ਼ਮੀਨ ਅਤੇ ਪਰਲ ਗਰੁੱਪ ਦੀ ਜ਼ਮੀਨ 'ਤੇ ਬੈਠੇ। ਸਰ ਦੁਕਾਨਦਾਰ ਦਾ ਕਹਿਣਾ ਵੀ ਅਸੀਂ ਪਿਛਲੇ 10-15 ਸਾਲਾਂ ਤੋਂ ਉੱਥੇ ਕੰਮ ਕਾਜ ਕਰ ਰਹੇ ਸੀ ਜੇ ਸਾਨੂੰ ਇੱਕ ਮੌਕਾ ਦਿੱਤਾ ਹੁੰਦਾ ਅਤੇ ਅਸੀਂ ਸ਼ਾਇਦ ਆਪਦੇ ਸਮਾਨ ਆਪ ਹੀ ਚੱਕ ਲੈਂਦੇ ਅਤੇ ਸਾਡਾ ਸਮਾਨ ਵੇਸਟ ਨਾ ਹੁੰਦਾ ਨਸ਼ਟ ਨਾ ਹੁੰਦਾ। ਜਿਹੜੇ ਦੁਕਾਨਦਾਰ ਇਹ ਗੱਲ ਕਹਿ ਰਹੇ ਹੈ ਉਹਨਾਂ ਨੂੰ ਆਪ ਸਮਝਣਾ ਚਾਹੀਦਾ ਕਿ ਨੋਟਿਸ ਉਹਨਾਂ ਦੇ ਕੋਲ ਸੀ ਅਦਾਲਤ 'ਚੋਂ ਜਾ ਚੁੱਕੇ ਹੈ ਇਹਦਾ ਮਤਲਬ ਇਹ ਹੈ ਨਾ ਉਹਨਾਂ ਦੇ ਕੋਲ ਇਨਫ ਟਾਈਮ ਸੀ ਅਦਾਲਤ ਨੇ ਉਹਨਾਂ ਨੂੰ ਸਟੇ ਜਾਂ ਕੋਈ ਉਹਨਾਂ ਨੂੰ ਰਿਲੀਫ ਦਿੱਤਾ ਨਹੀਂ ਅਦਾਲਤ ਦੇ ਹੁਕਮਾਂ ਤੋਂ ਬਾਅਦ ਵੀ ਉਹ ਬੈਠੇ ਹੋਏ ਨੇ ਅਤੇ ਫਿਰ ਇਸ ਤੋਂ ਬਾਅਦ ਕਿਸੇ ਤਰ੍ਹਾਂ ਦੀ ਉਹ ਆਸ ਕਰਦੇ ਆ ਕਿ ਸਾਨੂੰ ਮੌਕਾ ਦਿੰਦੇ ਸਾਨੂੰ ਅਸੀਂ ਚੁੱਕ ਲੈਂਦੇ। ਅਸੀਂ ਤਾਂ ਪਹਿਲਾਂ ਅਦਾਲਤ ਨਹੀਂ ਕਹਿ ਦਿੱਤਾ ਕਿ ਚੁੱਕ ਲਓ ਅਸੀਂ ਤਾਂ ਉਧਰੋਂ ਹੁਕਮਾਂ ਦੇ ਬੰਨੇ ਹੋਏ ਹਾਂ ਉਹਨਾਂ ਦੇ ਜਿਹੜੀ ਚੀਜ਼ ਅਦਾਲਤ ਨੇ ਕਹਿ ਦਿੱਤੀ ਉਸ ਤੋਂ ਬਾਅਦ ਅਸੀਂ ਹੋਰ ਇੱਕ ਮੌਕਾ ਦੇਈਏ ਅਜੇ ਅਦਾਲਤ ਦੇ ਹੁਕਮਾਂ ਦੀ ਵੇਲਣਾ ਵਾ ਜੇ ਅਸੀਂ ਕਰਦੇ ਤਾਂ। ਖੈਰ ਦੱਸਦੀ ਹੈ ਕਿ ਸਾਰੀਆਂ ਦੁਕਾਨਾਂ ਨਗਰ ਨਿਗਮ ਨੇ JCB ਮਸ਼ੀਨ ਦੇ ਨਾਲ ਢਹਿ ਢੇਰੀ ਕਰ ਦਿੱਤੀਆਂ ਕਿਉਂਕਿ ਇਹਨਾਂ ਦੁਕਾਨਾਂ ਨੇ ਆਪਣੀਆਂ ਰੇਹੜੀਆਂ ਦੁਕਾਨਾਂ ਦੇ ਅੱਗੇ ਜਿਹੜੀ ਕਿ ਵਧਾ ਕੇ ਨਜਾਇਜ਼ ਤੌਰ 'ਤੇ ਕਬਜ਼ਾ ਕਰਕੇ ਕੀਤਾ ਹੋਇਆ ਸੀ ਜਿਸਦੇ ਚੱਲਦੇ ਇਸ ਉੱਤੇ ਕਾਰਵਾਈ ਹੋਈ ਹੈ। ਹਕੀਕਤ TV ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ।